ਕਿਹੜੇ ਲੋਕਾਂ ਨੂੰ ਅੰਧੇਰੇ 'ਚ ਰੱਖਣਾ ਚਾਹੁੰਦੇ ਆ? ਇਹ ਹੁਸ਼ਿਆਰਪੁਰ ਦੇ ਲੋਕ ਆ, ਹੁਸ਼ਿਆਰਪੁਰ ਦੇ ਲੋਕ ਹੁਣ ਬੇਵਕੂਫ ਬਣਨ ਵਾਲੇ ਨੇ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਸਾਡੇ 'ਚ ਇੱਕ ਯੂਨਿੰਗ ਇਹ ਹੈ ਕਿ ਇਹ ਵੀ ਐਮਐਸਸੀ ਰਹੇ ਅਤੇ ਮੈਂ ਵੀ ਐਮਐਸਸੀ ਰਿਹਾ। ਨਾ ਤਾਂ ਅਰੋੜਾ ਸਾਹਿਬ ਕਦੀ ਕੌਂਸਲਰ ਰਹੇ ਅਤੇ ਨਾ ਉਹਨਾਂ ਨੂੰ ਕੌਂਸਲਰਾਂ ਦੀਆਂ ਪ੍ਰੋਬਲਮਾਂ ਪਤਾ, ਨਾ ਉਹ ਕੌਂਸਲਰਾਂ ਦੀਆਂ ਪ੍ਰੋਬਲਮਾਂ ਸਮਝਣੀਆਂ ਚਾਹੁੰਦੇ ਸੀ। ਸਰ ਆਪਾਂ ਜਿਹੜਾ ਸ਼ੋਰਟ ਨੋਟਿਸ 'ਤੇ ਇਕੱਠੇ ਹੋਏ ਹਾਂ, ਅੱਜ ਸੀਐਮ ਸਾਹਿਬ ਹੁਸ਼ਿਆਰਪੁਰ 'ਚ ਪਧਾਰੇ, ਬੜੀ ਖੁਸ਼ੀ ਦੀ ਗੱਲ ਹੈ, ਬੜੇ ਭਾਗਾਂ ਵਾਲੀ ਗੱਲ ਹੈ। ਅੱਗੇ ਤਾਂ ਜਿਹੜੇ ਸੀਐਮ ਆਉਂਦੇ ਸਾਹਿਬ ਆਉਂਦੇ ਸੀਗੇ, ਇਹ ਮਾੜੇ ਮੋਟੇ ਜਿਹੜੇ ਕਿਤੇ ਖੱਡੇ ਹੋਣ ਨਾ ਤਾਂ ਫਟਾਫਟ ਰਾਤੋ ਰਾਤ ਭਰ ਦਿੰਦੇ ਸੀ। ਲੇਕਿਨ ਆਪਾਂ ਕੋਰਟ ਰੋਡ ਦੇ ਉੱਤੇ ਜਿੱਥੇ ਰੇਹੜੀਆਂ ਲੱਗੀਆਂ ਉੱਥੇ ਜਾਈਏ ਤਾਂ ਉੱਥੇ ਪੁਜੀਸ਼ਨ ਇਹ ਹੈ ਵੀ ਜਿਹੜੇ ਖੱਡੇ ਪਏ ਆ, ਆਮ ਆਦਮੀ ਲੰਘਦਾ ਉੱਥੇ ਬ੍ਰੇਕ ਲਾ ਕੇ ਲੰਘਣਾ ਪੈਂਦਾ। ਇਹਨਾਂ ਨੇ ਉਹਨਾਂ ਦਾ ਉਹ ਵੈਲਕਮ ਵੀ ਨਹੀਂ ਕੀਤਾ, ਨੰਬਰ ਇੱਕ। ਨੰਬਰ ਦੋ, ਅੱਜ ਆਪਾਂ ਤਾਂ ਗੱਲ ਕੀਤੀ ਹੈ, ਇੱਥੇ ਸੀਐਮ ਸਾਹਿਬ ਨੇ ਇੱਕ ਬੜੀ ਅੱਛੀ ਗੱਲ ਕੀਤੀ ਅੱਜ। ਉਹਨਾਂ ਨੇ ਕਿਹਾ ਵੀ ਸੀਐਮ ਬਣਨ ਦੇ ਨਾਲੋਂ ਇੱਕ ਐਮਸੀ ਬਣਨਾ ਜਿਹੜਾ ਔਖਾ ਆ। ਮੈਂ ਤੇ ਐਮਸੀ ਬਣਨਾ ਬਹੁਤ ਔਖਾ ਹੈ, ਮੁੱਖ ਮੰਤਰੀ ਬਣਨਾ ਸੌਖਾ ਹੈ, ਅਤੇ ਦੂਸਰੀ ਵਾਰ ਤਾਂ ਐਮਸੀ ਬਣਨਾ ਬਹੁਤ ਹੀ ਔਖਾ ਹੈ। ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਲੋਕ ਤੁਹਾਨੂੰ ਦੁਬਾਰੇ ਵੋਟਾਂ ਪਾਉਂਦੇ, ਨਹੀਂ ਅਗਲੇ ਕਹਿੰਦੇ ਜਾ ਯਾਰ ਰਹਿਣ ਦੇ। ਮੈਂ ਅੱਜ ਸਾਰੇ ਜਿੰਨੇ ਵੀ ਮੇਰੇ ਭਰਾ ਵੀਰ ਹਿੰਦੁਸਤਾਨ 'ਚ ਐਮਸੀ ਆ, ਹੁਸ਼ਿਆਰਪੁਰ 'ਚ ਐਮਸੀ ਆ, ਪੰਜਾਬ 'ਚ ਐਮਸੀ ਆ, ਮੈਂ ਉਹਨਾਂ ਦੇ ਬਿਆਨ ਦਾ ਸਵਾਗਤ ਕਰਦਾ। ਪਹਿਲੀ ਗੱਲ ਤਾਂ ਇਹ ਆ, ਕਿਉਂ ਉਹ ਐਮਸੀ ਰਹਿ ਬੜੀ ਖੁਸ਼ੀ ਦੀ ਗੱਲ ਹੈ, ਪਰ ਉਹਦੇ ਨਾਲ ਇੱਕ ਬੜੀ ਅੱਜ ਮਜ਼ੇਦਾਰ ਗੱਲ ਜਿਹੜੀ ਹੋਈ ਹੈ, ਉਹਨਾਂ ਨੇ ਭ੍ਰਿਸ਼ਟਾਚਾਰ ਦੇ ਰੂਪਾਂ 'ਚ ਘਿਰੇ ਹੋਏ ਮੰਤਰੀ ਸਾਹਿਬ ਨੂੰ, ਉਹਨਾਂ ਦੀ ਕੋਠੀ 'ਤੇ ਆਏ ਉਹ, ਔਰ ਉਸ ਕੋਠੀ 'ਤੇ ਆ ਕੇ ਉਹਨਾਂ ਨੇ ਕਿਹਾ ਵੀ ਇਹ ਮੰਤਰੀ ਮੈਂ ਇਹਨਾਂ ਨਾਲ ਉਦੋਂ ਦਾ ਮੇਰਾ ਇਹਨਾਂ ਨਾਲ ਪਿਆਰ ਹੈ ਜਦੋਂ ਇਹ ਵੀ ਕੌਂਸਲਰ ਸੀਗਾ ਔਰ ਮੈਂ ਵੀ ਕੌਂਸਲਰ ਸੀਗਾ, ਔਰ ਇਹ ਬੜਾ ਚਿਰ ਕੌਂਸਲਰ ਹੈ ਸੁੰਦਰ ਸ਼ਾਮ ਅਰੋੜਾ ਸਾਹਿਬ, ਇਹ ਕਾਰਪੋਰੇਸ਼ਨ ਦੇ ਇਹਦੇ ਕਮੇਟੀ ਦੇ ਪ੍ਰਧਾਨ ਵੀ ਰਹੇ, ਮੈਂ ਵੀ ਕਮੇਟੀ ਦਾ ਪ੍ਰਧਾਨ ਰਿਹਾ। ਪਰ ਸੀਐਮ ਸਾਹਿਬ ਦੀ ਇਸ ਅੱਧੀ ਅਧੂਰੀ ਜਾਣਕਾਰੀ, ਨਾ ਤਾਂ ਅਰੋੜਾ ਸਾਹਿਬ ਕਦੀ ਕੌਂਸਲਰ ਰਹੇ ਅਤੇ ਨਾ ਉਹਨਾਂ ਨੂੰ ਕੌਂਸਲਰਾਂ ਦੀਆਂ ਪ੍ਰੋਬਲਮਾਂ ਪਤਾ, ਨਾ ਉਹ ਕੌਂਸਲਰਾਂ ਦੀਆਂ ਪ੍ਰੋਬਲਮਾਂ ਸਮਝਣੀਆਂ ਚਾਹੁੰਦੇ ਸੀ। ਉਹਨਾਂ ਦਾ ਤਾਂ ਕੌਂਸਲਰਾਂ ਦੇ ਨਾਲ ਦੂਰ ਦੂਰ ਦਾ ਵੀ ਨਾਤਾ ਨਹੀਂ, ਸੁੰਦਰ ਸ਼ਾਮ ਅਰੋੜਾ ਜੀ ਦਾ, ਉਹ ਤਾਂ ਉਹ ਮਿਨਿਸਟਰ ਉਹ ਵਿਧਾਇਕ ਰਹੇ ਹੈ ਜਿਹੜੇ ਮਿਨਿਸਟਰ ਵਿਧਾਇਕ ਤਾਂ ਬਣ ਗਏ ਇਸ ਕੌਂਸਲਰਾਂ ਦੀ ਵਜ੍ਹਾ ਦੇ ਨਾਲ, ਸਾਡੇ ਵਰਗੇ ਜਿਹੜੇ ਕੌਂਸਲਰ ਸੀਗੇ ਉਹਨਾਂ ਨੇ ਵਿਧਾਇਕ ਬਣਾਇਆ ਇੱਕ ਵਾਰ, ਦੂਜੀ ਵਾਰ ਵਿਧਾਇਕ ਬਣਾਇਆ ਔਰ ਮੰਤਰੀ ਸਰਕਾਰ ਨੇ ਬਣਾਇਆ, ਲੇਕਿਨ ਉਹਨਾਂ ਨੇ ਕੌਂਸਲਰਾਂ ਦੀਆਂ ਪ੍ਰੋਬਲਮਾਂ ਦਾ ਬਿਲਕੁਲ ਨਹੀਂ ਸੀ। ਚੰਨੀ ਸਾਹਿਬ ਤਾਂ ਬਹੁਤ ਠੀਕ ਕਹਿ ਗਏ ਵੀ ਸੀਐਮ ਬਣਨਾ ਸੌਖਾ, ਐਮਸੀ ਬਣਨਾ ਔਖਾ, ਅਰੋੜਾ ਜੀ ਨੂੰ ਸਿਰਫ ਇਸ ਕਰਕੇ ਪ੍ਰੋਬਲਮਾਂ ਪਤਾ ਵੀ ਅਰੋੜਾ ਜੀ ਐਮਸੀ ਰਹੇ ਆ। ਪਹਿਲਾਂ ਤਾਂ ਚੰਨੀ ਸਾਹਿਬ ਦੇ ਨਾਲ ਜਿਹੜੀ ਕੋਈ ਉਹਨਾਂ ਦੀ ਅੱਧੀ ਅਧੂਰੀ ਜਾਣਕਾਰੀ ਹੈ ਉਹ ਬਹੁਤ ਮਾੜੀ ਗੱਲ ਹੈ ਪੰਜਾਬ ਦੇ ਲਈ। ਜਦ ਉਹਨਾਂ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਸੀ, ਉਹਨਾਂ ਨੇ ਝੂਠ ਕਿਉਂ ਬੋਲਿਆ? ਪਹਿਲੀ ਗੱਲ ਤਾਂ ਇਹ ਹੈ ਵੀ ਮੇਰਾ ਉਦੋਂ ਦਾ ਇਹਨਾਂ ਨਾਲ ਨਾਤਾ ਆ। ਕਿਆ ਉਹਨਾਂ ਨਾਲ ਕੋਈ ਇੱਦਾਂ ਦੇ ਲਾਇਕ ਆਫਿਸਰ ਸਾਹਿਬਾਨ ਵੀ ਹੈ ਨੇਗੇ ਜਾਂ ਜਿਨ੍ਹਾਂ ਦੇ ਘਰ ਅੱਜ ਪੂਰਵ ਮੰਤਰੀ ਮੌਜੂਦਾ MLA ਸਾਹਿਬ ਦੇ ਘਰ ਪ੍ਰੋਗਰਾਮ ਸੀ, ਉਹਨਾਂ ਦੇ ਉੱਠ ਕੇ ਕੋਈ ਬੰਦਾ ਉਹਨਾਂ ਨੂੰ ਕਹਿ ਦਿੰਦਾ ਵੀ ਭਾਈ ਸਾਹਿਬ ਇਹ ਕੌਂਸਲਰ ਨਹੀਂ ਰਹੇ? ਹਾਂ, ਇੱਕ ਗੱਲ ਹੈਗਾ ਵੀ ਹੁਣ 27 ਨੰਬਰ ਵਾਰਡ ਖਾਲੀ ਹੈ, ਇਲੈਕਸ਼ਨ ਉੱਥੇ ਹੋਣਾ, ਇਹਨਾਂ ਨੂੰ ਕੌਂਸਲ ਲੜਾਉਣਾ ਚਾਹੀਦਾ ਉੱਥੋਂ, ਸੀਐਮ ਸਾਹਿਬ ਨੂੰ ਚਾਹੀਦਾ। ਮਤਲਬ ਮੈਂ ਇੱਕ ਅੱਜ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਇੱਕ ਜੋ ਸੀਐਮ ਸਾਹਿਬ ਦਾ ਲੈਵਲ ਹੈ ਉਹਨਾਂ ਨੇ ਬਿਨਾਂ ਤੱਥਿਆਂ ਤੋਂ ਗੱਲ ਕੀਤੀ ਹੈ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ, ਕਿੰਨੀ ਪੋਲੀਟੀਕਲ ਗੱਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਮੰਤਰੀ ਸਾਹਿਬ ਦੇ ਗੱਲ ਕਰਦੇ ਕਰਦੇ ਮੰਤਰੀ ਪਦ ਤੋਂ ਲੱਥ ਗਏ ਵੀ ਜੀ ਅਸੀਂ ਮੈਡੀਕਲ ਕਾਲਜ ਦੇ ਰਹੇ ਹਾਂ, ਉਹਦੀ ਬਿਲਡਿੰਗ ਜਲਦੀ ਮੈਂ ਸ਼ੁਰੂ ਕਰਾ ਰਿਹਾ। ਮੈਂ ਚੰਨੀ ਸਾਹਿਬ ਮਿਨਿਸਟਰ ਹੈ, ਮੋਹਾਲੀ ਦੇ ਨੇੜੇ ਰਹਿੰਦੇ ਆ, ਬਿਲਕੁਲ ਨਾਲ ਹੀ ਹਲਕੇ ਲੱਗਦੇ ਇਹਨਾਂ ਦੇ। ਮੈਂ ਇਹਨਾਂ ਨੂੰ ਗੱਲ ਪੁੱਛਣੀ ਚਾਹੁੰਦਾ ਵੀ ਮੈਡੀਕਲ ਕਾਲਜ ਮੋਹਾਲੀ ਅੱਜ ਤੱਕ ਆਪਣੀ ਫੈਕਲਟੀ ਨਹੀਂ ਬਣਾ ਸਕਿਆ, ਅੱਜ ਤੱਕ ਉਹਦੇ ਕੋਲ ਪੂਰੇ ਡਾਕਟਰ ਜਿਹੜੇ ਪ੍ਰੋਫੈਸਰ ਹੁੰਦੇ ਆ 64-65 ਉਹ ਨਹੀਂ ਪੂਰੇ ਕਰ ਸਕਿਆ। 12 ਸਾਲ ਪਹਿਲਾਂ ਉਹ ਚਾਲੂ ਹੋਇਆ ਸੀ, ਜਿਹਦੇ ਮਿਨਿਸਟਰ ਵੀ ਉੱਥੇ ਦੇ ਹਲਕਾ ਵਿਧਾਇਕ ਮਿਨਿਸਟਰ ਵੀ ਸੀਗੇ, ਹੈਲਥ ਮਿਨਿਸਟਰ ਸਿੱਧੂ ਸਾਹਿਬ, ਉਹ ਵੀ ਲਾਭ 'ਤੇ ਗਏ। ਤੋ ਇਹ ਕਿਹੜੇ ਲੋਕਾਂ ਨੂੰ ਅੰਧੇਰੇ 'ਚ ਰੱਖਣਾ ਚਾਹੁੰਦੇ ਆ? ਇਹ ਹੁਸ਼ਿਆਰਪੁਰ ਦੇ ਲੋਕ ਆ, ਹੁਸ਼ਿਆਰਪੁਰ ਦੇ ਲੋਕ ਹੁਣ ਬੇਵਕੂਫ ਬਣਨ ਵਾਲੇ ਨਹੀਂ ਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਇਹ ਲੋਕਾਂ ਨੂੰ ਅੱਧੀਆਂ ਅਧੂਰੀਆਂ ਜਾਣਕਾਰੀਆਂ ਨਾਲ ਲੋਕਾਂ ਦਾ ਮਨ ਨਹੀਂ ਜਿੱਤ ਸਕਦੇ। ਬਹੁਤ ਇੱਦਾਂ ਦੇ ਬਿਲਡਿੰਗਾਂ ਬਣਾਉਣੀਆਂ, ਝੂਠ ਬੋਲਣਾ ਵੀ ਅਸੀਂ ਮੈਡੀਕਲ ਜਾ ਕੇ, ਜੇ ਦੇਖਣਾ ਸੀਗਾ ਉਹਨਾਂ ਨੂੰ ਮੈਡੀਕਲ ਕਾਲਜ ਤੋਂ ਬਣਾ ਲਿਆ ਹੁਸ਼ਿਆਰਪੁਰ ਦਾ, ਜਿਹੜਾ ਡੇਂਗੂ ਨਾ ਭਰਿਆ ਹੁਸ਼ਿਆਰਪੁਰ ਦਾ
ਹਸਪੀਟਲ ਹੈ ਉਹਦੀ ਖਬਰ ਲਾਓ, ਉੱਥੇ ਪੋਸਟਮਾਰਟਮ ਜਿਹੜਾ ਹੈਗਾ ਹਾਲ ਉਹਦੇ ਮੂਹਰੇ ਜਿਹੜਾ ਕੂੜਾ ਕਰਕਟ ਪਿਆ ਉਹਨੂੰ ਦੇਖੋ। ਹੁਸ਼ਿਆਰਪੁਰ ਦੇ ਸੀਵਰਾਂ ਦੀ ਉਹਨਾਂ ਨੇ ਗੱਲ ਕੀਤੀ ਵੀ ਮੈਂ ਸ਼ਹਿਰਾਂ ਦਾ ਪਲੈਨ ਦੇਖਣਾ ਚਾਹੁੰਦਾ, ਇਹਨਾਂ ਨੂੰ ਬਹੁਤ ਜਾਣਕਾਰੀ ਹੈ, ਅਰੋੜਾ ਸਾਹਿਬ ਨੂੰ ਇਹਨਾਂ ਨੂੰ ਬਹੁਤ ਜਾਣਕਾਰੀ ਹੈ ਕਿਉਂਕਿ ਇਹ ਕੌਂਸਲਰ ਰਹੇ ਆ। ਭਾਈ ਸਾਹਿਬ ਆਹ ਇੱਕ ਸੀਵਰ ਰੁਕਿਆ ਪਿਆ ਤੁਹਾਡੇ ਪ੍ਰੈਸ ਦੇ ਬਹੁਤ ਅੱਛੇ ਹੁਸ਼ਿਆਰਪੁਰ ਨਿਊਜ਼ ਵਾਲੇ ਜਿਹੜੇ ਚੇਤਨ ਕਸ਼ਮ ਜੀ ਦਾ ਫੋਨ ਆਇਆ ਸੀ ਉਹਨਾਂ ਦੇ ਅੱਗੇ, 2 ਮਹੀਨੇ ਤੋਂ ਪ੍ਰੈਸ ਇੱਕ ਸੀਵਰ ਰੁਕਿਆ ਪਿਆ 2 ਮਹੀਨੇ ਤੋਂ। ਮੈਨੂੰ ਸਮਝ ਨਹੀਂ ਆ ਰਹੀ ਵੀ ਆਪਾਂ ਇੱਕ ਸੀਐਮ ਸਾਹਿਬ ਆ ਕੇ ਔਰ ਇੱਥੇ ਮੌਜੂਦਾ ਵਿਧਾਇਕ ਤਾਂ ਝੂਠ ਬੋਲਣ ਦੇ ਆਦੀ ਆ, ਇਹਨਾਂ ਦਾ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ। ਇਹ 'ਚ ਮੈਨੂੰ ਕਹਿਣ ਦੀ ਵਾਰ ਵਾਰ ਲੋੜ ਨਹੀਂ, ਹੁਣ ਮੈਂ ਪ੍ਰੈਸ ਕਾਨਫਰੰਸ ਬਹੁਤ ਘੱਟ ਤੱਥੇ ਜਿਹੜੇ ਲੋਕਾਂ ਕੋਲ ਲੈ ਕੇ ਜਾਂਦਾ। ਆਉਣ ਦਾ ਕਾਰਨ ਕੀ ਸੀ, ਮੇਨ ਕਾਰਨ ਕੀ ਸੀ ਜਿਹੜਾ ਉਹਨਾਂ ਦਾ ਮੇਨ ਕਾਰਨ ਆਉਣ ਦਾ ਸੀਗਾ ਵੀ ਇਹਨਾਂ ਦੀ ਦੌੜ ਜਿਹੜੀ ਲੱਗੀ ਹੈ ਇਸ ਵੇਲੇ ਖੇਮਿਆਂਬਾਜ਼ੀ ਆ, 2 ਖੇਮੇ ਆ ਵੱਡੇ, 3ਖੇਮਾ ਤਾਂ ਨਿਕਲ ਚੁੱਕਾ ਕੈਪਟਨ ਸਾਹਿਬ ਵਾਲਾ ਬਾਹਰ। ਇਹਨਾਂ ਦੇ ਖੇਮੇ ਜਿਹੜੇ ਹੈ ਕਿਉਂਕਿ ਸਿੱਧੂ ਸਾਹਿਬ ਜਿਹੜੇ ਹੈ ਉਹਨਾਂ ਨੇ ਹਾਮੀ ਦਾ ਭਰਤੀ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ, ਹੁਣ ਚੱਲ ਨਹੀਂ ਹੋ ਰਿਹਾ, ਹੁਣ ਚੰਨੀ ਸਾਹਿਬ ਵਿਧਾਇਕਾਂ ਨੂੰ ਸਾਂਭ ਰਹੇ ਆ ਵੀ ਕੱਲ੍ਹ ਨੂੰ ਵਿਧਾਇਕ ਜਿਹੜੇ ਹੈ ਇਹ ਮੇਰੇ ਨਾਲ ਚੱਲਣ। ਉਹ ਤਾਂ ਆਏ ਹੋਰਾਂ ਵਿਧਾਇਕਾਂ ਦੇ ਘਰ ਵੀ ਹੁਸ਼ਿਆਰਪੁਰ 'ਚ ਗਏ, ਉਹਨਾਂ ਅੱਜ ਰਾਜਨੀਤੀ ਦੇ ਤਹਿਤ ਆਏ ਆ, ਨਾ ਕਿ ਕੋਈ ਡਿਵੈਲਪਮੈਂਟ ਦੇ ਤਹਿਤ। ਡਿਵੈਲਪਮੈਂਟ ਦੀਆਂ ਗੱਲਾਂ ਤਾਂ ਝੂਠ ਬੋਲ ਕੇ 2 ਮਹੀਨਿਆਂ 'ਚ ਕਿਹੜੀ ਡਿਵੈਲਪਮੈਂਟ ਹੋਣੀ ਹੈ, ਜਾਂ ਉਹਨਾਂ ਨੇ ਕਿਹੜੀ ਡਿਵੈਲਪਮੈਂਟ ਜਿਹੜੀ ਆਪਣੇ ਮਹਿਕਮਿਆਂ ਦੀ, ਹਾਇਰ ਐਜੂਕੇਸ਼ਨ ਦੇ ਜਿਹਦੇ ਉਹ ਮਿਨਿਸਟਰ ਸੀਗੇ ਕਿੰਨੀ ਕੁ ਡਿਵੈਲਪਮੈਂਟ ਪਹਿਲੀ, ਪਤਾ ਉਹਨਾਂ ਦੇ ਉਹ ਕੁਸ਼ਚਨ ਉਹਦਾ ਜਵਾਬ ਦੇ ਦੇਣ। ਨੰਬਰ 2, ਮੈਂ ਇੱਕ ਗੱਲ ਕਰਨੀ ਚਾਹੁੰਦਾ, ਬੜੀ ਮੰਦਭਾਗੀ ਘਟਨਾ ਜਿਹੜੀ ਹੋਈ ਆ ਮੈਂ ਉਹ 'ਤੇ ਗੱਲ ਨਹੀਂ ਸੀ ਕਰਨੀ ਚਾਹੁੰਦਾ, ਜਿਹੜਾ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਹੋਈ ਹੈ, ਇੱਕ ਦਲਿਤ ਆਦਮੀ ਦੇ ਕੋਈ ਬਹਿਕਣਾ ਕਹਿਣਾ ਨਹੀਂ ਚਾਹੀਦਾ ਸਾਨੂੰ, ਅਜੇ ਲਫ਼ਜ਼ ਨਹੀਂ ਵਰਤਣੇ ਚਾਹੀਦੇ ਕਿਸੇ ਲਈ ਵੀ, ਇਨਸਾਨ ਇਨਸਾਨ ਆ, ਪਹਿਲੀ ਗੱਲ ਤਾਂ ਉਹ ਇਨਸਾਨ ਹੈ, ਆਪਾਂ ਵਰਗਾਂ 'ਚ ਆਪਾਂ ਲੋਕਾਂ ਨੇ ਵੰਡਿਆ, ਸਾਡੇ ਲੀਡਰਾਂ ਨੇ ਇਹਨਾਂ ਨੂੰ ਜ਼ਿਆਦਾ ਵੰਡਿਆ, ਵੋਟਾਂ ਦੀ ਰਾਜਨੀਤੀ ਲਈ ਵੰਡਿਆ, ਅੱਜ ਵੀ ਜਿਹੜਾ ਖੇਲ ਹੈ ਇਹ ਵੋਟਾਂ ਦੀ ਰਾਜਨੀਤੀ ਦੇ ਤਹਿਤ ਹੀ ਹੋ ਰਿਹਾ ਪੰਜਾਬ ਦੇ ਵਿੱਚ, ਔਰ ਲੋਕ ਇਸ ਤੋਂ ਉੱਤੇ ਉੱਠ ਚੁੱਕੇ ਆ, ਅੱਜ ਵਿਚਾਰ ਲੋਕਾਂ ਦੇ ਇਸ ਤੋਂ ਬਹੁਤ ਉੱਚੇ ਆ, ਚਾਹੇ ਉਹ ਕਿਸੇ ਵਰਗ ਨੂੰ ਬਿਲੋਂਗ ਕਰਦਾ ਉਹ ਵਿਕਾਸ ਵੱਲ ਦੇਖਦਾ ਪਿਆ, ਉਹ ਆਪਣੀ ਤਰੱਕੀ ਵੱਲ ਦੇਖੇਗਾ, ਉਹ ਕੋਈ ਨਹੀਂ ਦੇਖੇਗਾ ਵੀ ਕਿਸ ਵਰਗ ਦਾ ਹੈਗਾ, ਉਹ ਦੇਖੂਗਾ ਮੈਨੂੰ ਸਹੀ ਰਾਜ ਕੌਣ ਦਊਗਾ, ਮੇਰੇ ਬੱਚਿਆਂ ਦਾ ਭਵਿੱਖ ਕਿਹਦੇ ਕੋਲ ਸੇਫ ਹੈ, ਸਾਨੂੰ ਅਗਰ ਕੱਲ੍ਹ ਤੋਂ ਐਜੂਕੇਸ਼ਨ ਇੰਪਲਾਇਮੈਂਟ ਮਿਲੂਗੀ ਕਿਹੜੀ ਪਾਰਟੀ ਦਊਗੀ। ਉਹਨਾਂ ਨੂੰ ਪਤਾ ਹੈ ਆਮ ਆਦਮੀ ਪਾਰਟੀ ਸਰਵੇ 'ਚ ਸਕਸ਼ਮ ਹੈ, ਉਹਦਾ ਜਿਹੜੇ ਲੀਡਰ ਹੈਗੇ ਅਰਵਿੰਦ ਕੇਜਰੀਵਾਲ ਜੀ ਉਹ ਗੁੱਡ ਗਵਰਨੈਂਸ ਪ੍ਰੂਵ ਕਰ ਚੁੱਕੇ ਆ ਦਿੱਲੀ ਦੇ ਵਿੱਚ, ਆਪਣੀ ਗਵਰਨਰ ਗੁੱਡ ਗਵਰਨੈਂਸ ਜਾਣੇ ਜਾਂਦੇ ਆ। ਨੰਬਰ 2, ਇੱਕ ਐਡਾ ਵੱਡਾ ਇੰਸੀਡੈਂਟ ਹੋਇਆ ਉਹਨੂੰ ਆਪਾਂ ਕਿਸੇ ਉਹਨੂੰ ਸਿਰਫ ਮਾਨਵਤਾ ਦੇ ਨਾਲ ਦੇਖੀ, ਜਿਨ੍ਹਾਂ ਨੇ ਕੀਤਾ ਅਗਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ 'ਤੇ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰੂਗੇ, ਕਦੀ ਮਾਫ਼ ਨਹੀਂ ਕਰੂਗੇ ਵੀ ਇੱਕ ਆਦਮੀ ਨੇ ਹੱਥ ਪੈਰ ਕੱਟ ਦਿੱਤੇ ਗਏ ਔਰ ਉਹਨੂੰ ਲਟਕਾ ਦਿੱਤਾ ਗਿਆ, ਉਹ ਮਾਫ਼ ਮਨ ਕਹਿੰਦਾ ਉਹਦੇ ਨਾਲ ਮੈਨੂੰ ਮਾਰ ਦਿਓ ਅੱਛਾ ਹੈ, ਔਰ ਉਹਦਾ ਮੈਂ ਹੈਰਾਨ ਹਾਂ ਵੀ ਅਸੀਂ ਉਸ ਪੰਜਾਬ ਦੇ ਨਿਵਾਸੀ ਹਾਂ ਅੱਜ ਜਦੋਂ ਸੰਸਕਾਰ ਕਰਨ ਦੇ ਲਈ ਉਹਨਾਂ ਨੂੰ ਟੋਰਚਾਂ ਚਗਾਣੀਆਂ ਪਈਆਂ, ਉਹਨਾਂ ਨੇ ਡਰਦੇ ਨੇ ਸੰਸਕਾਰ ਕੀਤਾ। ਯਾਰ ਅਸੀਂ ਕਿਸ ਕਿਸ ਰਾਜ ਦੀ ਗੱਲ ਕਰ ਰਹੇ ਹਾਂ, ਪਹਿਲਾਂ ਚੰਨੀ ਸਾਹਿਬ ਇਹ 'ਤੇ ਜਵਾਬ ਦਿੰਦੇ ਤਾਂ ਜ਼ਿਆਦਾ ਬਿਹਤਰ ਸੀਗਾ। ਅਗਰ ਅੱਜ ਮੈਂ ਪ੍ਰੈਸ ਨੂੰ ਇਹ ਗੱਲ ਕਰਨਾ ਚਾਹੁੰਦਾ, ਜਿਹੜੀ ਮੇਰੀ ਅੱਜ ਪ੍ਰੈਸ ਕਾਨਫਰੰਸ ਹੈ ਇਹ ਮਾਨਵਤਾ ਦੇ ਉੱਤੇ ਵੀ ਹੈ ਨਾਲ, ਇਹ ਬਹੁਤ ਵੱਡਾ ਪ੍ਰਸ਼ਨ ਚਿੰਨ ਇੱਕ ਸੀਐਮ ਦੇ ਅੱਗੇ ਅੱਜ ਖੜਾ ਹੋਇਆ ਵੀ ਉਸ ਬੰਦੇ ਦਾ ਸੰਸਕਾਰ ਤੁਸੀਂ ਕਿਸੇ ਦਾ ਐਡਾ ਵੱਡਾ ਮੰਦਭਾਗੀ ਘਟਨਾ ਹੈ, ਉਸ ਪਰਿਵਾਰ ਨੂੰ ਲੋਕੇ ਇਹ ਕਿੱਡਾ ਕੁ ਸ਼ਰਮਨਾਕ ਹੈ ਸਾਡੀ ਮਾਨਵਤਾ ਦੇ ਲਈ, ਸਾਡੇ ਲੋਕਾਂ ਲਈ, ਕਿਸੇ ਵੀ ਪਾਰਟੀ ਲਈ, ਮੈਂ ਕਿਸੇ ਪਾਰਟੀ ਦੇ ਉੱਤੇ ਉੱਠ ਕੇ ਗੱਲ ਕਰ ਰਿਹਾ ਅਤੇ ਮੈਂ ਜਿਹਨੇ ਅਗਰ ਉਹਨੇ ਬੇਅਦਬੀ ਕੀਤੀ ਸੀਗੀ ਉਹਨੂੰ ਹੋਰ ਸਜ਼ਾ ਦੇ ਹੋਰ ਬਹੁਤ ਤਰੀਕੇ ਹੈ, ਬੇਅਦਬੀਆਂ ਅੱਗੇ ਹੋਈਆਂ ਸੀ ਉਹਨਾਂ ਨੂੰ ਕਿੰਨੀ ਕੁ ਸਜ਼ਾ ਇੱਦਾਂ ਦਿੱਤੀ ਹੈ ਲੋਕਾਂ ਨੂੰ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਂ ਨਿਹੰਗ ਸਿੰਘਾਂ ਨੂੰ ਵੀ ਇਹ ਹੱਥ ਜੋੜ ਕੇ ਇਹ ਸਜ਼ਾ ਦੇ ਪਾਤਰ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ 'ਤੇ ਕੀਤੀ ਹੈ, ਜਿਹੜਾ ਸਰਬੱਤ ਦਾ ਭਲਾ ਸਭ ਨੂੰ ਦੇਖਦਾ, ਸਭ ਨੂੰ ਸ਼ਬਦ ਔਰ ਬਾਣੀ ਦੇ ਜ਼ਰੂਰ ਪ੍ਰਕਾਸ਼ ਦੇ ਥਰੂ ਆਪਣਾ ਪ੍ਰਕਾਸ਼ ਕਰਕੇ ਮਾਨਵਤਾ ਦਾ ਸੰਦੇਸ਼ ਦਿੰਦਾ ਇਹ, ਔਰ ਜਿਹੜੇ ਆਦਮੀ ਇਹਦੇ 'ਤੇ ਅੱਜ ਗੱਲ ਕਰ ਰਹੇ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਨਿਵੇਦਨ ਕਰਦਾ ਨਾ ਕਰੋ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੁਹਾਨੂੰ ਬਹੁਤ ਪਾਪ ਲੱਗਣਾ। ਸਰ ਇੱਕ ਆਪਣੇ ਲਖੀਮਪੁਰ ਖੀਰੇ ਵਿੱਚ ਯਾਨੀ ਕਿ 50,000 ਦੀ ਉਹ ਕੀਤੀ ਆ, ਅਨਾਊਂਸਮੈਂਟ ਕੀਤੀ ਆ, ਇੱਥੇ ਨਹੀਂ ਹੋਈ ਕੋਈ ਵੀ, ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਇਸ ਗਰੀਬ ਪਰਿਵਾਰ ਲਈ, ਚਾਹੇ ਕਿਸੇ ਵਰਗ ਨਾਲ ਆ ਉਹਨੂੰ ਵੀ ਜਿਹੜਾ ਹੈਗਾ, ਕਿਉਂ ਫਿਰ ਆ ਗਏ ਸਰਕਾਰ ਦੇ ਅੱਗੇ ਪੋਲਿਟਿਕਸ ਆ ਗਈ, ਸਰਕਾਰਾਂ ਸੱਚੀ ਗੱਲ ਕਰਨ ਤੋਂ ਡਰਦੀਆਂ। ਅੱਛਾ ਸਰ, ਲਖੀਮਪੁਰ ਵਿੱਚ ਇਹ ਜਿਹੜੀ ਕਾਂਡ ਹੋਇਆ ਹੈਗਾ, ਸਿੱਧੂ ਸਾਹਿਬ ਉੱਥੇ ਜਾ ਕੇ ਮੌਨ ਵਰਤ ਰੱਖ ਕੇ ਚਲੇ ਗਏ, ਉੱਥੇ ਬੈਠੇ ਪੂਰਾ ਯਾਨੀ ਕਿ ਪੂਰਾ ਕੁਣਬਾ ਕਾਂਗਰਸ ਦਾ ਪਹੁੰਚਿਆ, ਬੜਾ ਐਜੀਟੇਸ਼ਨ ਕੀਤਾ ਨਾ, ਪਰ ਜਦੋਂ ਆਪਣੀ ਸਟੇਟ ਦੀ ਕੋਈ ਗੱਲ ਹੁੰਦੀ ਹੈ ਉੱਥੇ ਚੁੱਪ ਹੈ, ਕੀ ਇਹਦੇ ਵਿੱਚ ਇਹਨੇ ਦੋਗਲੀ ਰਾਜਨੀਤੀ, ਬਿਲਕੁਲ ਇਹ 'ਚ ਦੋਗਲੀ ਰਾਜਨੀਤੀ ਇਹਨਾਂ ਦੀ ਨੰਗੀ ਹੋ ਰਹੀ ਆ,
ਇਹਨਾਂ ਦੀ ਮਾਨਵਤਾਵਾਦੀ ਰਾਜਨੀਤੀ ਨਹੀਂ ਹੈਗੀ ਆ। ਅੱਜ ਅੱਜ ਪਾਰਟੀਆਂ ਤੋਂ ਵੱਧ ਉੱਠ ਕੇ ਮੈਂ ਇੱਕ ਗੱਲ ਕਰਨੀ ਚਾਹੁੰਦਾ, ਮਾਨਵਤਾਵਾਦੀ ਰਾਜਨੀਤੀ ਦੀ ਸਾਨੂੰ ਪੈਰਵੀ ਕਰਨੀ ਚਾਹੀਦੀ ਹੈ, ਇਨਸਾਨੀਅਤ ਦੀ ਪੈਰਵੀ ਕਰਨੀ ਚਾਹੀਦੀ ਹੈ, ਇਨਸਾਨ ਬਣੋ ਦੀ ਪੈਰਵੀ ਕਰਨੀ ਚਾਹੀਦੀ ਹੈ। ਲੇਕਿਨ ਇੱਥੋਂ ਸਿੱਧ ਹੁੰਦਾ ਵੀ ਪਾਰਟੀਆਂ ਬਹੁਤ ਜ਼ਿਆਦਾ ਰਾਜਨੀਤਿਕ ਹੋ ਚੁੱਕੀਆਂ। ਔਰ ਮੈਂ ਸੋਚਦਾ ਅਗਰ ਮੈਂ ਤਾਂ ਇੱਕ ਇਹ ਮੈਂ ਆਪਣੇ ਦਿਲ ਦੀ ਗੱਲ ਕਰ ਰਿਹਾ ਨਾਲ ਤੁਹਾਡੇ ਨਾਲ, ਕਿਸੇ ਪਾਰਟੀਆਂ ਦੇ ਉੱਤੇ ਉੱਠ ਕੇ ਗੱਲ ਕਰ ਰਿਹਾ। ਅਗਰ ਕੋਈ ਪਾਰਟੀ ਵੀ ਕਿਸ ਨਾਲ ਸੰਬੰਧ ਰੱਖਦੀ ਹੈ, ਮੈਂ ਉਹਦੀ ਇਸ ਗੱਲ ਨੂੰ ਕਦੀ ਅਸੈਪਟ ਨਹੀਂ ਕਰ ਸਕਦਾ। ਔਰ ਦੂਜੀ ਗੱਲ ਇਹ ਹੈ, ਇਹ ਹੁਸ਼ਿਆਰਪੁਰ ਡੇਂਗੂ ਦਾ ਮਾਰਿਆ ਇਸ ਵੇਲੇ ਹੁਸ਼ਿਆਰਪੁਰ 'ਚ, ਜੇ ਕਰਨੀ ਸੀ ਗੱਲ ਇਹਨਾਂ ਨੇ ਡੇਂਗੂ ਦੀ ਕਰਦੇ। ਪਹਿਲੀ ਗੱਲ ਤਾਂ ਜਿਸ ਮੰਤਰੀ ਦੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਆ ਉਹਦੀ ਉੰਨੀ ਤਾਰੀਫ ਕਰਕੇ ਗਏ ਆ ਵੀ ਉਹਨੇ ਇਹ ਕੀਤਾ, ਉਹਨੇ ਬੋਹ ਕੀਤਾ ਕੈਮਸੀਰ ਹੈ, ਲੇਕਿਨ ਇਹਨਾਂ ਨੂੰ ਉਹਦੇ ਭ੍ਰਿਸ਼ਟਾਚਾਰਾਂ ਵੱਲ ਉਹਦਾ ਧਿਆਨ ਨਹੀਂ ਆਇਆ ਜੰਨੀ ਸਾਹਿਬ ਦਾ, ਵੀ ਇਹਨਾਂ ਨੂੰ ਲਾਇਆ ਕਿਉਂ ਉਹਨਾਂ ਦੀ ਪਾਰਟੀ ਨੇ, ਕਿਆ ਖੇਮੇਬਾਜ਼ੀ ਨਾਲ ਲਾਇਆ? ਇਟ ਮੀਨਸ ਹੈ, ਇਟ ਮੀਨਸ ਕੈਪਟਨ ਦਾ ਧੜਾ ਹੋਣ ਕਰਕੇ ਲਾਇਆ ਇਹਨਾਂ ਨੂੰ। ਜੇ ਕੈਪਟਨ ਧੜੇ ਤਾਂ ਫਿਰ ਇਹਨਾਂ ਨੂੰ ਅਗਰ ਸੀਐਮ ਬਣੇ ਤਾਂ ਫਿਰ ਇਹ ਵੀ ਉਸ ਰਾਜਨੀਤੀ ਕਰਨਾ ਹੈ ਕਿ ਇਹ ਵਿਧਾਇਕ ਇਹ ਜਿਹੜੇ ਕੱਲ੍ਹ ਨੂੰ ਆਉਣ ਵਾਲੇ ਟਾਈਮ ਨੂੰ ਇਹ ਵੀ ਉਹੀ ਲੋਬਿੰਗ ਕਰਨ ਆਏ ਆ ਇੱਥੇ ਹੁਸ਼ਿਆਰਪੁਰ। ਹੈਲੀਕਾਪਟਰਾਂ ਦਾ ਖਰਚਾ ਕਿਉਂ ਕਰ ਰਹੇ ਸਰਕਾਰ ਦਾ? ਫਿਰ ਇਹ ਕਿਉਂ ਕਿਉਂ ਖਰਚਾ ਕਰ ਰਹੇ ਆ? ਕੀ ਹੱਕ ਹੈ ਇਹਨਾਂ ਨੂੰ ਪਬਲਿਕ ਦੇ ਪੈਸੇ ਦਾ? ਇਹ ਸਾਡਾ ਖੂਨ ਪਸੀਨੇ ਦਾ ਪੈਸਾ, ਟੈਕਸਾਂ ਦਾ, ਸਾਡੇ ਕੋਲ ਸੀਵਰ ਹੈ ਨਹੀਂ ਗੇ। ਇਹਦਾ ਹੁਸ਼ਿਆਰਪੁਰ ਆਪਣੇ ਆਪ ਦੇ ਵਿੱਚ ਇੱਕ ਇੱਦਾਂ ਦਾ ਸ਼ਹਿਰ ਬਣ ਚੁੱਕਾ ਜਿਹੜਾ ਡਿਵੈਲਪਮੈਂਟ ਲਈ ਤਰਸਦਾ ਪਿਆ। ਇਹ ਪਾਰਕਾਂ ਦੀ ਗੱਲ ਕਰ ਰਹੇ ਹੈ, ਇਹ ਐਮ ਸੀ ਦੀ ਗੱਲ ਕਰ ਰਹੇ ਵੀ ਐਮ ਸੀ ਬਹੁਤ ਵੱਡੀ ਚੀਜ਼ ਹੈ। ਚੀਫ ਮਿਨਿਸਟਰ ਸਾਹਿਬ, ਇਸ ਮਿਨਿਸਟਰ ਨੇ 2016 ਦੇ ਵਿੱਚ ਪਾਸ ਹੋਇਆ ਗ੍ਰੀਨ ਵਿਊ ਪਾਰਕ, 35 ਲੱਖ 34 ਲੱਖ ਕਿੰਨੇ ਹਜ਼ਾਰ ਦਾ ਟੈਂਡਰ ਲੱਗਿਆ, 11 ਮੇਰੇ ਖਿਆਲ 5 ਤੋਂ 7 ਵਾਰੀ ਉਹ ਟੈਂਡਰ ਕੈਂਸਲ ਹੋਇਆ, ਜੇ ਤਾਂ ਲੱਖਾਂ ਰੁਪਈਆ ਸਰਪੇ ਦੇ ਕਾਰਪੋਰੇਸ਼ਨ ਨੇ। ਇਹ ਦੱਸ ਸਕਦਾ? ਇਹ ਹੁਣ ਕਹਿੰਦੇ ਆਪਣੇ ਵਾਰਡ ਨੰਬਰ 6 ਦੇ ਪੈਸੇ, ਇਹ ਝੂਠ ਬੋਲਣ ਦੇ ਆਦੀ ਹੈ ਮਿਨਿਸਟਰ ਸਾਹਿਬ। ਜੇ ਇਹ ਉਹ ਪਾਰਕ ਨੇ ਇਹਨਾਂ ਨੇ ਬਣਨ ਦਿੱਤਾ, ਇਹਨਾਂ ਨੇ ਇੱਕ ਟਿਊਬਵੈੱਲ ਨੇ ਲੱਗਣ ਦਿੱਤਾ, ਉਹਨੂੰ ਇੱਕ ਐਨਓਸੀ ਦੀ ਜ਼ਰੂਰਤ ਸੀਗੀ ਹੁਸ਼ਿਆਰਪੁਰ 'ਚ, ਉਹ ਵਰਕ ਆਰਡਰ ਪਿਆ ਸੀ, ਵਰਕ ਆਰਡਰ ਮੀਨਸ ਟਿਊਬਵੈੱਲ ਲੱਗਣਾ ਹੈ, ਇੱਕ ਐਨਓਸੀ ਦੀ ਲੋੜ ਸੀ। ਇਹ ਤਾਂ ਇਹ ਰਾਜਨੀਤੀ ਕਰਦੇ ਐਮ ਸੀਆਂ ਦੇ ਖਿਲਾਫ ਜਾ ਕੇ। ਇਹਨਾਂ ਨੇ ਪੁਰਾਣੇ ਐਮ ਸੀਆਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਸਾਰਿਆਂ ਨੂੰ? ਇਹਨਾਂ ਨੇ ਇਸ ਕਰਕੇ ਨਹੀਂ ਦਿੱਤੀ ਕਿ ਉਹ ਕਿਸੇ ਐਮ ਸੀ ਨੂੰ ਜਾਤੀ ਤੌਰ 'ਤੇ ਕਿਸੇ ਐਮ ਸੀ ਨੂੰ ਪਸੰਦ ਨਹੀਂ ਕਰਦੇ। ਮੈਂ ਐਮ ਸੀਆਂ ਨੂੰ ਦੱਸ ਦੇਣਾ ਚਾਹੁੰਦਾ, ਨਹੀਂ ਤਾਂ ਪੁਰਾਣੇ ਜਿਹੜੇ ਐਮ ਸੀ ਆ ਦਿਲ 'ਤੇ ਹੱਥ ਰੱਖ ਕੇ ਰਾਜਨੀਤੀ ਛੱਡਣ, ਇਹ ਗੱਲ ਕਹਿਣ। ਨਹੀਂ ਤਾਂ ਕਿਸੇ ਗੁਰੂ ਪੀਰ ਨੂੰ ਮੰਨਦੇ ਆ ਪੁਰਾਣੇ ਐਮ ਸੀ, ਕਹਿਣ ਵੀ ਜਿੰਪਾ ਗਲਤ ਕਹਿੰਦਾ ਆ ਕੇ, ਇੱਕ ਸਟੇਟਮੈਂਟ ਦੇਣੇ ਆ ਕੇ। ਮੈਂ ਇੱਥੇ ਉਦਘਾਟਨ ਕਰਕੇ ਆਇਆ, ਮੈਂ ਇਹਨਾਂ ਦੇ ਬਾਹਰ ਪੁਰਾਣਾ 2016-17 ਦਾ ਜਿਹੜਾ ਹੈ ਉਦਘਾਟਨ ਕਰਕੇ ਆਇਆ, 70 ਲੱਖ ਰੁਪਇਆ ਕਹਿੰਦੇ ਮੈਂ ਵਾਰਡ ਨੰਬਰ 6 ਨੂੰ ਦਿੱਤਾ, ਮੈਂ ਬਾਹਰ ਉੱਥੇ ਬੋਲ ਲੈਂਦਾ ਇਹ ਉਹਨੂੰ ਕਰਨ ਚੈਲੰਜ, ਜਿਹਨੂੰ ਕਰਨ ਚੈਲੰਜ ਵੀ ਮੈਂ ਗਲਤ ਕਹਿ ਰਿਹਾ। ਸੋ ਸਰ, ਮੈਂ ਅੱਜ ਇਹ ਜਿਹੜਾ ਝੂਠ ਦਾ ਖੇਲ ਹੈ, ਔਰ ਆਹ ਜਿਹੜਾ ਅੱਜ ਇੱਕ ਸੀਐਮ ਦੀ ਇੰਨੀ ਅੱਧੀ ਅਧੂਰੀ ਜਾਣਕਾਰੀ, ਇਹ ਬਹੁਤ ਖਤਰਨਾਕ ਹੈ ਪੰਜਾਬ ਦੇ ਲਈ। ਇਹ ਬਹੁਤ ਮਾੜੀ ਗੱਲ ਹੈ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਭਾਈ ਸਾਹਿਬ ਨਾ ਕਦੀ ਕੌਂਸਲਰ ਰਹੇ ਹੈ। ਇਹ ਤਾਂ ਇਹਨਾਂ ਨੂੰ ਤਾਂ ਤੁਸੀਂ ਇੱਦਾਂ ਕਰੋ ਵੀ ਇਹਨਾਂ ਨੂੰ ਕਹੋ ਵੀ ਤੁਹਾਨੂੰ 200-400 ਕਰੋੜ ਰੁਪਇਆ ਦਿੰਦੇ, ਤੁਸੀਂ ਕੌਂਸਲਰ ਲੜਨਾ, ਇਹਨਾਂ ਨੇ ਤਾਂ ਵੀ ਨਹੀਂ ਲੜਨਾ। ਉਹ ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਵੀ ਜਿੰਪਾ ਇੰਨੀ ਮਿਹਨਤ ਨਾਲ ਕੌਂਸਲਰ ਬਣਦਾ ਆ ਰਿਹਾ ਪਿਛਲੇ 20 ਸਾਲ ਤੋਂ, ਉਹ ਕਿਤੇ ਮੇਰੀ ਗੱਲ ਚੱਲੀ, ਉਹਨਾਂ ਦੇ ਕੰਨ 'ਚ ਕਿਸੇ ਨੇ ਪਾ ਦਿੱਤੇ ਵੀ ਬਹੁਤ ਮਿਹਨਤ ਕਰਦਾ, ਉਹਨਾਂ ਨੂੰ ਲੱਗਾ ਵੀ ਇਹ ਸੁੰਦਰ ਸ਼ਾਮ ਅਰੋੜਾ ਜੀ ਹੋਣੇ ਆ। ਪਰ ਇਹਨਾਂ ਨੇ ਤਾਂ 10 ਸਾਲ 'ਚ ਸ਼ਹਿਰ ਦਾ ਜਿਹੜਾ ਬੇੜਾ ਗਰਕ ਕੀਤਾ, ਇਹਨਾਂ ਨੇ ਐਜੂਕੇਸ਼ਨ ਬੰਦ ਕਰ ਦਿੱਤੀ ਹੁਸ਼ਿਆਰਪੁਰ 'ਚ ਗਰੀਬ ਆਦਮੀਆਂ ਦੀ ਐਜੂਕੇਸ਼ਨ ਬਜਵਾੜਾ ਸਕੂਲ ਉਜਾੜਿਆ ਇਹਨਾਂ ਨੇ, ਉਹਦਾ ਇਹਨਾਂ ਨੂੰ ਜ਼ਰੂਰ ਇਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਵੀ ਤੁਸੀਂ ਕਿੰਨੇ ਵਧੀਆ ਐਜੂਕੇਸ਼ਨਿਸਟ ਹੈ ਵੀ ਆਪਣੇ ਦੇ ਐਜੂਕੇਸ਼ਨ ਦੇ ਇੰਸਟੀਟਿਊਸ਼ਨ ਚਲਾ ਰਹੇ। ਇਹ ਮੈਡੀਕਲ ਇਹ ਇੱਕ ਮਿੰਟ ਠਹਿਰ ਜਾਓ, ਹੁਸ਼ਿਆਰਪੁਰ 'ਚ ਦੱਸਿਆ ਜਾਵੇ ਕਿੰਨੇ ਮੈਡੀਕਲ ਇਕਿਊਪਮੈਂਟ ਹੈ। ਕਿਆ ਇੱਥੇ ਕੋਈ ਅੱਜ ਤੱਕ ਸੀ ਟੀ ਸਕੈਨ ਨਹੀਂ ਸੀ ਲਿਆ ਸਕਦੇ? ਕਿਆ ਲੋਕਾਂ ਨੂੰ MRI ਦੀ ਫੈਸਿਲਿਟੀ ਨਹੀਂ ਸੀ ਦਿੱਤੀ ਜਾ ਸਕਦੀ? ਜੇ ਇਹਨਾਂ ਦੇ ਆਪਣੇ ਹੋਸਪਿਟਲਾਂ 'ਚ 15-15, 20-20 ਕਰੋੜ ਦੀਆਂ ਮਸ਼ੀਨਾਂ ਆ ਸਕਦੀਆਂ, ਅਤੇ ਹੁਸ਼ਿਆਰਪੁਰ ਲਈ ਲੈ ਆਉਂਦੇ ਗਰੀਬ ਆਦਮੀਆਂ ਲਈ, ਕਿਉਂਕਿ ਉਹ ਪੈਸੇ ਬਣਾਉਣ ਦਾ ਸਾਧਨ ਹੈ ਸਰ। ਉੱਥੇ ਪੈਸੇ ਕਿੱਦਾਂ ਬਣਨਾ ਸੀ ਜੇ ਉਹਨਾਂ ਹੋਸਪਿਟਲ ਲਈ ਜਾਂਦੇ? ਸੋ ਸਰ, ਇਹ ਲੋਕ ਇਸ ਇੰਟਰਵਿਊ ਨੂੰ ਦੇਖੋ, ਮੈਂ ਬਹੁਤ ਕਲੀਅਰਲੀ ਗੱਲ ਕਰਨ ਦਾ ਆਦੀ ਹਾਂ, ਅਗਰ ਲੋਕ ਇਹਨਾਂ ਚੀਜ਼ਾਂ ਦੇ ਚੁਕੰਨੇ ਹੋ ਕੇ ਸੋਚੂਗੇ ਤਾਂ ਬਹੁਤ ਡੀਪ ਲੋਕਾਂ ਦੇ ਲਈ ਹੈ ਇਹ ਮੇਰੀ ਜਿਹੜੀ ਗੱਲ ਹੈ, ਇਹ ਮੈਂ ਜੋ ਕਰ ਰਿਹਾ ਇਹ ਬੜੇ ਦਰਦੇ ਦਿਲ ਨਾਲ ਗੱਲ ਕਰ ਰਿਹਾ। ਲੋਕਾਂ ਨੂੰ ਇਸ ਗੱਲ 'ਤੇ ਮੇਰੀ ਤਾਂ ਸੁਣਨਾ ਚਾਹੀਦਾ, ਵਿਚਾਰ ਕਰਨਾ ਚਾਹੀਦਾ, ਆਪਣਾ ਵਿਚਾਰ ਪ੍ਰਗਟ ਕਰਨਾ ਚਾਹੀਦਾ। ਜੇ ਹੋਰ ਤੁਹਾਡਾ ਕੋਈ ਕੁਐਸਚਨ ਹੈ ਮੈਂ ਉਹਦਾ ਜਵਾਬ ਦੇਣ ਨੂੰ ਤਿਆਰ। ਮਹੀਨੇ ਬਾਅਦ ਫਿਰ ਆ ਰਹੇ ਸੀਐਮ ਸਾਹਿਬ ਕੋਲ ਉਦਘਾਟਨ ਕਰਨੇ ਆ ਮੈਡੀਕਲ ਕਾਲਜ ਦਾ, ਬਸ ਹੋਰ ਪਾਰਕ ਵਗੈਰਾ ਕੋਈ ਹੈਗੀ ਆ ਜੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਜਿਸ ਦਿਨ ਸੀਐਮ ਸਾਹਿਬ ਆਊਗੇ ਨਾ, ਮੈਂ ਉਹਨਾਂ ਦਾ ਮੈਂ ਕਿਸੇ ਦਾ ਕਾਲੀਆਂ ਪੱਟੀਆਂ ਦੇ ਨਾਲ ਸਵਾਗਤ ਕਰਨਾ ਆਪਣੇ ਮੰਨ ਕੇ,
चाहे 50 बंदा हो चाहे 100 हो चाहे 20 हो 40 हो भी सीएम साहब हुशियारपुर में झूठे दिलासे ना दिओ ये वोटों की राजनीति बंद कर दो ये काम करने से तुम पहला कर दे तुहाडी सरकार सी तुसी नहीं बोले तुसी उदों सुते रहे अज बन गए तो अज तुसी ये गल करन लग पए हैं इदा दे लोगों ने तुहानू वोटा नहीं पानिया बिल्कुल मेडिकल कॉलेज है जी ये मेडिकल कॉलेज जो हम पूर्व मंत्री है विधायक है ये इदा के लोगों ने दिलासे धोखे देने च माहिर है इन्होंने इदा का धोखा दे के तो लॉकडाउन लॉकडाउन च सरकार की 32 किलो जमीन बेचती सी असी लड्डू बंडे इस करके भी असी तुहाडे पैसे लोगों के पैसे 32 किलो जमीन बचा ली इन्हां दे मंत्री बनने नहीं मैं बंडे उतरते नहीं मैं बंडे मनु एक मिनट हजार देकर कोई मंत्री रहता तो मनु उहदा कोई प्रॉब्लम नहीं सी पर खरे काम करता था और लोगों ने उत्थे प्रॉपर्टी डीलर का काम तो कॉलोनाइजर बना बनने लिए थोड़ी भेजा सीगा उत्थे बना के सो ये लोग सोचूंगे तो विचार करूंगे सर उन्हां दा कहना भी जिहड़े मैं आया इलेक्शन दे विच चोणां लड़ियां हैगियां मैं पहला पैसा कमाया अपना सेट कीता फिर लड़ियां हैगियां ते सारे दोष ला रहे नहीं नहीं पैसा नहीं जिस बंदे ने पैसा कमाया बड़ी अच्छी गल है उन्हें अपनी मेहनत ना कमाया मैं उन्होंने अप्रीशिएट करता अगर उन्हें अपनी मेहनत कमाया फिर उन्होंने एडे जो उन्होंने की लॉकडाउन जाकर झूठ झूठ से पलिंदे बन के वो जो खरीदने वाले जिन्होंने उन्होंने प्रॉपर्टी बेची सी कौन है ये दस दिन फिर इन्होंने क्वेश्चन किया जाए कि जी आर जी डिवेलपर है उस कौन कौन है होर भी जी इदा प्रॉपर्टियां बेचिया होर भी तथ्य है सब जल्दी सामने आने हैं अगर ईडी ने इन्होंने नोटिस किया तो ये दसन भी उन्होंने ईडी ने नोटिस इन्होंने क्यों दब के रख्या एक एक जरा स्पष्ट आदमी है कड़ी इदा की आफत थी लॉकडाउन च लोगों को बाहर जाने की परमिशन नहीं थी पुलिस तुम्हें इतों उतर लैके नहीं जान दी ठीक है एक मंत्री को जान दी उन्होंने एड्डी कड़ी आफत आ गई थी उन्होंने 32 किले 31 किले जमीन जी सी उन्हें एड्डी प्राइम लैंड जी सी उन्हें लॉकडाउन च ही बेच दी और उत्ते उन्हें अपने सैकटरी की परमिशन लै ली लॉकडाउन के ही बड़ी बड़ी भाई साहब बड़ा बड़ा ये जड़ा है टोटल किन्ने करोड़ का है टोटल तो देखो जी देखो 500 करोड़ तो उस प्रॉपर्टी की मिनीमम लैंड वैल्यू कहते हैं वैसे जी होर लैंड जो भी स्कैम जो रले हुए है होर भी जो हुए हैं अगर सारे जो कट्ठे अगर सही सरकार आती है और यदि जांच होंगी है 1,500 करोड़ रुपया तो गल जाएगी 2,000 करोड़ तक भी जा सकती है ये एवं कि हूँ गल्ला कर होर है जोड़ा इन्होंने आ दूजा आ नाल बनाया सर्विस क्लब के नाल बनाया लोगों ने किड्डा वड्डा धोखा किया मैं हाई मेंटेनेंस आदमी है इन्होंने मैंने कहा मैं लोगों को मैं जिम्पे मैं एक बहुत वधिया दे दिया मैं कहा जी बहुत अच्छा तुम दे रहे अरोड़ा जी ये बहुत अच्छा है लेकिन वो की हो कि बड़ा धोखा साबित होया इतना इदा ने बहुत धोखे किए हुशियारपुर ना समय आते असं गल् खुल के करा स्टेज पर करा इन्हों इनवाइट करा आओ जी आओ सामने गल करिए धन्यवाद जय हिंद।